ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਕੜੀ ਤਹਿਤ ਸੰਗਰੂਰ ਵਿਖੇ ਐਸਐਸਪੀ ਸੁਰਿੰਦਰ ਲਾਂਬਾ ਵੱਲੋਂ ਹਲਕਾ ਧੂਰੀ ਵਿਖੇ ਪੁਲਿਸ ਜਵਾਨਾਂ ਨਾਲ ਬੈਠਕ ਕੀਤੀ ਗਈ ਦੱਸ ਦਈਏ ਕਿ ਇਸ ਮੌਕੇ ਸੁਰਿੰਦਰ ਲਾਂਬਾ ਨੇ ਕਿਹਾ ਕਿ ਧੂਰੀ ਨੂੰ ਜਲਦ ਹੀ ਨਸ਼ਾ ਮੁਕਤ ਬਣਾਇਆ ਜਾਵੇਗਾ ਇਸ ਬੈਠਕ ਵਿੱਚ ਧੂਰੀ ਡਿਵੀਜ਼ਨ ਦੇ ਤਿੰਨ ਸਟੇਸ਼ਨਾਂ ਨੇ ਭਾਗ ਲਿਆ ਇਸ ਮੌਕੇ ਵਧੇਰੇ ਜਾਣਕਾਰੀ ਸਾਂਝਾ ਕਰਦਿਆਂ ਸੰਗਰੂਰ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਉਹ ਆਪਣੇ ਐਸਪੀ ਧੂਰੀ ਸਾਹਿਬ ਨੇ ਜਿਹੜਾ ਹੈਗਾ ਇੱਕ ਵਧੀਆ ਇਨੀਸ਼ੀਏਟਿਵ ਲੇਤਾ ਹੈਗਾ ਜਿਹਦੇ ਵਿੱਚ ਅਸੀਂ ਐਜ਼ ਅ ਪਾਇਲਟ ਪ੍ਰੋਜੈਕਟ ਜਿਹੜਾ ਹੈਗਾ ਵਿਲੇਜ ਪੁਲਿਸ ਆਫਸਰ ਦਾ ਜਿਹੜਾ ਸਿਸਟਮ ਹੈਗਾ ਉਹਨੂੰ ਸਟਰੈਂਥਨ ਕਰਦੇ ਹੋਏ ਧੂਰੀ ਹਲਕੇ ਚ ਜਿਹੜਾ ਹੈਗਾ ਉਹਨੂੰ ਪ੍ਰੋਪਰਲੀ ਇੰਪਲੀਮੈਂਟ ਇਨਫੋਰਸ ਕਰਾ ਰਹੇ ਆ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਸਾਰੇ ਮੁਲਾਜ਼ਮ ਤਿੰਨੋਂ ਥਾਣਿਆਂ ਦੇ ਧੂਰੀ ਸਬਡਿਵੀਜ਼ਨ ਦੇ ਉਹਨਾਂ ਦੇ ਨਾਲ ਇੰਟਰੈਕਸ਼ਨ ਕੀਤਾ ਹੈਗਾ ਉਹਨਾਂ ਦੀ ਦੁੱਖ ਤਕਲੀਫਾਂ ਅਸੀਂ ਸੁਣੀ ਹੈਗੀ ਇਸ ਦੇ ਨਾਲ ਨਾਲ ਉਹਨਾਂ ਨੂੰ ਜਿਹੜਾ ਹੈਗਾ ਪਬਲਿਕ ਗ੍ਰਿਵੈਂਸ ਜਿਹੜਾ ਉਹਨੂੰ ਇੰਪਰੂਵ ਕਰਨ ਵਾਸਤੇ ਉਹਨਾਂ ਨੇ ਆਪਣੇ ਵਤੀਰੇ ਦੇ ਵਾਸਤੇ ਉਹਨਾਂ ਨੂੰ ਗਾਈਡੈਂਸ ਦਿੱਤੀ ਹੈਗੀ ਉਹ ਪਬਲਿਕ ਗ੍ਰਿਵੈਂਸ ਸਿਸਟਮ ਵਿੱਚ ਜਿਹੜੀ ਦਰਖਾਸਤਾਂ ਜਾਂ ਕੰਪਲੇਂਟਸ ਆਂਦੀ ਹੈਗੀ ਉਹਨਾਂ ਨੂੰ ਤੁਰੰਤ ਨਿਪਟਾਰੇ ਵਾਸਤੇ ਤੇ ਜਲਦ ਤੋਂ ਜਲਦ ਨਿਪਟਾਰੇ ਵਾਸਤੇ ਮਤਲਬ ਇਹਨਾਂ ਨੂੰ ਸਿੰਪਲ ਡਾਇਰੈਕਸ਼ਨ ਹੈਗੀ ਕਿ ਇੱਕ ਮਹੀਨੇ ਤੋਂ ਉੱਪਰ ਤੋਂ ਕੋਈ ਦਰਖਾਸਤ ਪੈਂਡਿੰਗ ਹੀ ਨਹੀਂ ਰਹਿਣੀ ਚਾਹੀਦੀ ਅਦਰਵਾਈਜ਼ ਜਿਹੜਾ ਹੈਗਾ ਜਿਹੜੇ ਕ੍ਰਿਮੀਨਲ ਕੇਸੇ ਜਿਹੜੇ ਉਹਨਾਂ 'ਚ ਇਮੀਡੀਏਟਲੀ ਜਿਹੜਾ ਉਹ ਕਾਨੂੰਨੀ ਅਨੁਸਾਰ ਜਿਹੜਾ ਕਾਰਵਾਈ ਕਰਕੇ ਤੇ ਉਹ ਪਰਚਾ ਦਰਜ ਹੋਣਾ ਜਾਂ ਉਹਦੇ ਚ 57 ਹੋਣੀ ਜੋ ਵੀ ਕਾਨੂੰਨ ਮੁਤਾਬਿਕ ਕਾਰਵਾਈ ਬਣਦੀ ਹੈਗੀ ਉਹ ਤੁਰੰਤ ਕੀਤੀ ਜਾਣ ਦੇ ਬਾਰੇ ਅਸੀਂ ਡਾਇਰੈਕਸ਼ਨ ਦਿੱਤੀ ਹੈਗੀ ਜਿਹੜਾ ਪੈਂਡੈਂਸੀ ਹੈਗੀ ਉਹਨੂੰ अर्ली ਡਿਸਪੋਜ਼ਲ ਵਾਸਤੇ ਇਹਨੂੰ ਗਾਈਡ ਕੀਤਾ ਹੈਗਾ ਡਾਇਰੈਕਸ਼ਨ ਦਿੱਤੀ ਹੈਗੀ ਇੱਕ ਫੋਰਸ ਦੇ ਨਾਲ ਜਿਹੜਾ ਥਾਣਾ ਲੈਵਲ ਦੀ ਫੋਰਸ ਹੈਗੀ ਉਹਦੇ ਨਾਲ ਡਾਇਰੈਕਟ ਇੰਟਰੈਕਸ਼ਨ ਜਿਹੜਾ ਉਹ ਮੋਟੀਵੇਟ ਕਰਦਾ ਫੋਰਸ ਨੂੰ ਅਰ ਦੀ ਸੇਮ ਟਾਈਮ ਐ ਐਸਐਸਪੀ ਤੱਕ ਰੀਅਲ ਫੀਡਬੈਕ ਵੀ ਪਹੁੰਚਦਾ ਹੈਗਾ ਜਿਹੜਾ ਉਹਦੇ ਸੁਪਰਵੀਜ਼ਨ ਨੂੰ ਔਰ ਇੰਪਰੂਵ ਕਰਨ ਵਾਸਤੇ ਸਾਡੇ ਵਾਸਤੇ ਹੈਲਪਫੁਲ ਹੈਗਾ ਇਹਦੇ ਵਾਸਤੇ ਅਸੀਂ ਇੱਕ 1 ਟੂ 1 ਡਾਇਰੈਕਟ ਕੋਆਰਡੀਨੇਸ਼ਨ ਤੇ ਇੰਟਰੈਕਸ਼ਨ ਜਿਹੜਾ ਅੱਜ ਰੱਖਿਆ ਹੈਗਾ ਸਬਡਿਵੀਜ਼ਨ ਲੈਵਲ ਤੇ ਤੇ ਬਹੁਤ ਵਧੀਆ ਫੀਡਬੈਕ ਵੀ ਹੈਗਾ ਤੇ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਰੇ ਮੁਲਾਜ਼ਮ ਬੜੇ ਉਤਸ਼ਾਹਿਤ ਵੀ ਹੈਗੇ ਤੇ ਡੈਫੀਨਿਟਲੀ ਚੰਗਾ ਕੰਮ ਆਲਰੇਡੀ ਕਰ ਰਹੇ ਹੈਗੇ ਔਰ ਔਰ ਚੰਗਾ ਕੰਮ ਕਰਨ ਗਿਆਣ ਵਾਲੇ ਸਮੇਂ ਵਿੱਚ ਇੱਕ ਦੇਖਿਆ ਗਿਆ ਥਾਣੇ ਦੇ ਵਿੱਚ ਬਾਈਕਲ ਨੇ ਬਿਨਾਂ ਕਾਫੀ ਪਈ ਨੇ ਉਥੋਂ ਲੈ ਕੇ ਉਹ ਲੋਕ ਕਿਸ ਤਰ੍ਹਾਂ ਉਹ ਸਾਡਾ ਸਪੈਸ਼ਲ ਕੈਂਪੇਨ ਜਿਹੜਾ ਹੈਗਾ ਵਹੀਕਲ ਡਿਸਪੋਜ਼ਲ ਵਾਸਤੇ ਤੇ ਉਸ ਤੋਂ ਇਲਾਵਾ ਜਿਹੜਾ ਹੋਰ ਵੀ ਮਾਲ ਮੁਕਦਮਾ ਜਿੱਦਾਂ ਐਕਸਾਈਜ਼ ਐਕਟ ਦਾ ਸ਼ਰਾਬ ਪਈ ਹੁੰਦੀ ਥਾਣੇ 'ਚ ਜਾਂ ਹੋਰ ਕੋਈ ਮਾਲ ਮੁਕਦਮਾ ਪਿਆ ਹੁੰਦਾ ਜਿਹੜਾ ਕਾਫੀ ਸਪੇਸ ਓਕੂਪਾਈ ਕਰਦਾ ਹੈਗਾ ਉਹਦੇ ਵਾਸਤੇ ਸਾਡਾ ਸਪੈਸ਼ਲ ਕੈਂਪੇਨ ਚੱਲ ਰਿਹਾ ਹੈਗਾ ਤੇ ਉਹ ਆਲਮੋਸਟ ਰੈਡੀ ਹੈਗਾ ਕਾਫੀ ਬੜੀ ਤਾਦਾਦ ਚ ਜਿਹੜਾ ਆਉਣ ਵਾਲੇ ਸਮੇਂ ਚ ਇਸ ਨੈਕਸਟ ਮੰਥ ਸ ਅਸੀਂ ਵੀਕਲ ਡਿਸਪੋਜ਼ ਆਫ ਕਰਵਾਵਾਂਗੇ ਜਿਹੜਾ ਕਾਨੂੰਨ ਮੁਤਾਬਿਕ ਕੁਝ ਵੀਕਲਸ ਦਾ ਆਕਸ਼ਨ ਹੋਣਾ ਹੁੰਦਾ ਕੁਝ ਵੀਕਲਸ ਜਿਹੜੇ ਹੈਗੇ ਉਹ ਮਾਲਕਾਂ ਨੂੰ ਹੈਂਡ ਓਵਰ ਕਰਨੇ ਹੁੰਦੇ ਕੁਝ ਉਸ ਤਰੀਕੇ ਦਾ ਸਾਰਾ ਜਿਹੜਾ ਕਰਕੇ ਤੇ ਉਹ ਕਾਫੀ ਰਾਹਤ ਮਨ ਨੂੰ ਲੱਗਦਾ ਆਉਣ ਵਾਲੇ 1 ਮਹੀਨੇ ਚ ਅਸੀਂ ਥਾਣੇ ਉੱਤੇ ਜਿਹੜੇ ਸਪੇਸ ਵਾਸਤੇ ਉਹ ਕਰਾਂਗੇ ਇੱਕ ਤੁਹਾਡੇ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਮਹਮ ਚਲਾਈ ਗਈ ਹੈ ਉਸ ਨੂੰ ਲੈ ਕੇ ਕਿਵੇਂ ਚੱਗਰ ਕੀਤਾ ਜਾ ਰਿਹਾ ਹੈ ਦੇਖੋ ਨਸ਼ਾ ਦੀ ਜਿਹੜੀ ਮੁਹਿੰਮ ਹੈਗੀ ਆ ਆ ਨਸ਼ਾ ਜਿਹੜਾ ਹੈਗਾ ਉਹ ਸਮੱਸਿਆ ਅੱਜ ਦੇ ਦਿਨ ਆਪਣੀ ਇੱਕ ਪੁਲਿਸ ਦੀ ਪ੍ਰੋਬਲਮ ਦੇ ਬਜਾਏ ਇੱਕ ਸੁਸਾਇਟੀ ਦੀ ਪ੍ਰੋਬਲਮ ਬਣ ਚੁੱਕੀ ਹੈਗੀ ਇਹਨੂੰ ਆਪਾਂ ਸਾਰੇ ਮੰਨਦੇ ਵੀ ਹਾਂ ਸਮਝਦੇ ਵੀ ਹਾਂ ਤੇ ਜਿਸ ਦਿਨ ਮੈਂ ਸਮਝਦਾ ਕਿ ਪੁਲਿਸ ਦੇ ਨਾਲ ਮੋੜੇ ਤੋਂ ਮੋੜਾ ਮਿਲਾ ਕੇ ਸਮਾਜ ਸੁਸਾਇਟੀ মিডিਆ ਸਾਰੇ ਲੋਕ ਖੜੇ ਹੋ ਜਾਣਗੇ ਤੇ ਫਿਰ ਤੋਂ ਨਸ਼ੇ ਦੇ ਜਿਹੜੇ ਆ ਕਾਰੋਬਾਰ ਚ ਲਿਫਟ ਜਿਹੜੇ ਲੋਕ ਹੈਗੇ ਉਹ ਉਹਨਾਂ ਨੂੰ ਕੋਈ ਰਾਹ ਨਹੀਂ ਮਿਲੇਗਾ ਇਸ ਚੀਜ਼ ਤੋਂ ਤੇ ਡੈਫੀਨੇਟਲੀ ਆ ਚੀਜ਼ ਖਤਮ ਹੋ ਜਾਏਗੀ ਇਸੇ ਕੜੀ 'ਚ ਜਿਹੜਾ ਹੈਗਾ ਅਸੀਂ ਪਿੰਡ ਲੈਵਲ ਤੱਕ ਜਿਹੜਾ ਆਪਣੇ ਮੁਲਾਜ਼ਮਾਂ ਦੇ ਨਾਲ ਇੰਟਰੈਕਸ਼ਨ 'ਚ ਵੀ ਉਹ ਵਿਲੇਜ ਪੁਲਿਸ ਅਫਸਰ ਜੀ ਨੂੰ ਆਪਾਂ ਕਹਿੰਦੇ ਬੀਟ ਅਫਸਰ ਉਹਦੇ ਰਾਹੀਂ ਉਹਨਾਂ ਦੇ ਬੜੀ ਪੇਰਸ ਬਣਾ ਕੇ ਉਹਨਾਂ ਦੇ ਰਾਹੀਂ ਅਵੇਰਨੈਸ ਕੈਂਪੇਨਸ ਸ਼ੁਰੂ ਕਰ ਰਹੇ ਹਾਂ ਪਹਿਲਾਂ ਵੀ ਅਸੀਂ ਆ ਚੀਜ਼ ਕਰਦੇ ਰਹੇ ਹਾਂ ਬਟ ਹੁਣ ਇਹਨੂੰ ਬੜੇ ਆਰਗੇਨਾਈਜ਼ ਤਰੀਕੇ ਨਾਲ ਸ਼ੁਰੂ ਕਰਕੇ ਐਸਪੀ ਸਾਹਿਬ ਲੀਡ ਕਰਨਗੇ ਧੂਰੀ ਵਾਲੇ ਤੇ ਧੂਰੀ ਹਲਕੇ ਨੂੰ ਐਜ਼ ਅ ਪਾਇਲਟ ਬਣਾਉਂਦੇ ਹੋਏ ਕਿ ਬੜੀ ਪੇਚ ਸਾਰੇ ਮੁਲਾਜ਼ਮ ਜਾਣਗੇ ਡਰਗ ਅਵੇਰਨੈਸ ਦੇ ਰਿਗਾਰਡਿੰਗ ਕੈਂਪਸ ਤੇ ਮੀਟਿੰਗਸ ਕਰਨਗੇ ਮੋਤਵਾਰਾ ਨਾਲ ਪਿੰਡ ਦੇ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਇਨਫੋਰਸਮੈਂਟ ਦਾ ਜਿਹੜਾ ਕੰਮ ਹੈਗਾ ਉਹ ਬੜੀ ਸਖਤੀ ਦੇ ਨਾਲ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਤੁਹਾਡੇ ਕੋਲ ਪ੍ਰੈਸ ਨੋਟ ਵੀ ਆਇਆ ਹੈਗਾ ਬੜੀ ਰਿਕਵਰੀਜ਼ ਕਮਰਸ਼ੀਅਲ ਕੁਆਂਟੀਟੀ ਦੀ ਅਸੀਂ ਪਿਛਲੇ 2-3 ਹਫਤਿਆਂ 'ਚ ਕੀਤੀ ਹੈਗੀ ਚਾਰ-ਪੰਜ ਕੇਸ ਕਮਰਸ਼ੀਅਲ ਦੇ ਦਰਜ ਹੋਏ ਹੈਗੇ ਉਹਦੇ 'ਚ ਬਾਕੀ ਵੀ ਹੋਰ ਜਿਹੜੇ ਏ ਬੈਕ ਟੂ ਬੈਕ ਅਸੀਂ ਟਰੇਸ ਕਰਾ ਰਹੇ ਹਾਂ ਕਿ ਜਿਹਦੇ ਵਿੱਚ ਏਕ ਬੰਦੇ ਤੋਂ ਪਿਛਲਾ ਸਪਲਾਇਰ ਉਸ ਤੋਂ ਉਸਦਾ ਪਿਛਲਾ ਸਪਲਾਇਰ ਉਹ ਟਰੇਸ ਕਰਕੇ ਜਿਹੜਾ ਜੋ ਨੈਕਸਸ ਹੈਗਾ ਉਹਨੂੰ ਬ੍ਰੇਕ ਜਦੋਂ ਕਰਾਂਗੇ ਉਦੋਂ Thank you.